ਹਾਂਜੀ ਸਾਡੇ ਗ੍ਰੇਡਸ ਬਹੁਤ ਘੱਟ ਲੱਗ ਗਿਆ ਤੇ ਆ ਜਿੰਨੇ ਵੀ ਬੱਚਾ ਇੱਕ ਹੀ ਟੀਚਰ ਤੇ ਇੱਕ ਹੀ ਸਬਜੈਕਟ ਚ ਸਾਰੇ ਬੱਚੇ ਫੇਲ ਹੋਇਆ ਤੇ ਇਹਦੇ ਚ ਕਿਸੇ ਵੀ ਬੱਚੇ ਦੀ ਗਲਤੀ ਨਹੀਂ ਆ, ਜਿਹੜੀ ਗਲਤੀ ਆ ਉਹ ਸਾਰੀ ਟੀਚਰ ਦੀ ਸਾਡੇ ਕਾਲਜ ਦੀ ਮਿਸਟੇਕ ਆ, ਸਾਡਾ ਫਿਊਚਰ ਖਰਾਬ ਹੋ ਰਿਹਾ ਤੇ ਆ ਸਾਨੂੰ ਨਾ ਗ੍ਰੇਡਸ ਦੇ ਰਿਹਾ ਨਾ ਸਾਨੂੰ ਕੋਈ ਸੋਲੂਸ਼ਨ ਦੇ ਰਿਹਾ ਤੇ ਕੋਲੇ ਦਾ ਨਾਮ ਆ ਜੀ ਤੇ ਮੈਡਮ ਨੇ ਸ਼ਰੇਆਮ ਜਦੋਂ ਫਾਈਨਲ ਪੇਪਰ ਹੋ ਗਿਆ ਉਸ ਤੋਂ ਬਾਅਦ ਮੈਡਮ ਨੇ 4-5% ਹਰ ਬੰਦੇ ਦੀ ਘਟਾਈ ਹੈ, ਜਿਹੜੇ ਪਾਸ ਹੋਏ ਸੀ ਉਹ ਵੀ ਫੇਲ ਹੋ ਗਏ ਤੇ ਜਿਹੜੇ 1-2% ਰਹਿੰਦੇ ਸੀਗੇ ਉਹ ਵੀ ਹੋਰ ਪਿੱਛੇ ਗਏ ਨੇ ਤੇ ਇਹਦੇ ਸ਼ਰੇਆਮ ਜੀ ਧੱਕਾ ਆ ਤੇ ਵੀ ਨੰਬਰ ਘਟਾਏ ਗਏ ਸਾਡੇ ਸਾਰਿਆਂ ਦੇ ਤੇ ਉਤੋਂ ਜਦੋਂ ਮੈਂ ਕਲਾਸ ਚ ਪੇਪਰ ਲੈਣ ਜਾ ਰਿਹਾ ਸੀਗਾ ਮੈਡਮ ਵੀ ਮੈਨੂੰ ਕਹਿੰਦੀ ਕਿ ਵੀ ਪਹਿਲਾਂ ਤੇ ਵੀ ਆਪਣੀ ਪੱਗ ਲਾ ਕੇ ਆਓ, ਤੁਸੀਂ ਪਹਿਲਾਂ ਕਦੀ ਬੰਨੀ ਨਹੀਂ ਤੇ ਏਦਾਂ ਪੇਪਰ ਨਹੀਂ ਤੁਸੀਂ ਦੇ ਸਕਦੇ ਤੇ 5-10 ਮਿੰਟ ਆਪਣੇ ਨਾਲ ਲੜ ਗਈ ਕਿ ਵੀ ਪੱਗ ਲਾ ਕੇ ਆਇਆ ਨਹੀਂ ਮੈਂ ਪੇਪਰ ਦੇਣ ਦੇਣਾ, ਵੀ ਇਹਦੇ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਵੀ ਸਾਡੇ ਨਾਲ, ਕਿਉਂਕਿ ਵੀ ਇਹਨਾਂ ਨੂੰ ਹੁਣ ਪੈਸੇ ਕਮਾਉਣੇ ਸਾਡੇ ਤੋਂ ਸਬਜ਼ੀਆਂ ਤੋਂ ਤੇ ਵੀ ਸਾਰਿਆਂ ਤੋਂ